गाने कहंदे ने बिना कर्मा तो कुछ भी नहीं मिलता। बड़े चावा बैंड बाजे बजा के भंगड़ा पाउंदे हुए बाराती पिंड जोधपुर कोल पहुंचे। ब्याह दी मिलनिया दी रस्मा तो बिना सिद्धा ही गुरुद्वारा साहिब विखे लावा करन लड़की परिवार पहुंचा। दूजे पासे तो लड़के वाले लावा करन पहुंचे। तुरे आउन दी लड़की परिवार ते लड़के ने लावा करवाउन तो मना कर दिता ते प्यो दी बेहोश होके डिग पए। दंगे च लड़की परिवार लड़के ते दोष लाउंदे ने कि जद असी लड़के नु वेखन गए ता उदो लड़का बैठा रहा ते जद शगुन लाउन गए उस दिन भी बैठा होया सी ते सानू किसी नु नहीं दस्या गया कि लाड़ा अपाहिज है। जद असी लावा फेरे दिवाउन लई गुरुद्वारा साहिब पहुंचे ता वेख्या लड़का दोवां पैरां तो अपंग होया तुरिया आउंदा सी, जिस तो बाद लड़की ने इस नाल ब्याह करवाउन तो साफ इनकार कर दिता। दूजे पासे लड़के वालिया दा कहना है कि ब्याह तो पहला असी सारा कुछ लड़की वालिया नू दस्या सी, पर पता नहीं क्यों आज इना ने अनके इस तरह करके लड़की नू फेरिया तो उठा लिया। हाँ जी, की नाम तेरा? सुखचैन दास जी। तो सुखचैन जी, आज की गल सी तुहाडी? आज साडी मैं पहला वधिया तैयार हो के गए, साडा ठाका लगा सी वधिया, वेख बखाली वधिया हुई वो आए है ना, ते अहीं उत्थे गए ते लावां फिर पढ़ी, बाबे ने पहली लावां पढ़ी सी, ठाउं लगे ते कुड़ी आंदे मुंडे कहिंदे नहीं करन देने लावां, फिर ते मुंडे आंदे नहीं करन देने लावां। केड़ी वजह नहीं कर दित्तियां लावां तुहाडियां? ये कहिंदे कोई चौंकी नहीं, सारा कुछ वधिया होया सी। हाँ जी, हुण तुहाडी की मंग आ? मेरी मंग आ कुड़ी चल जाए वधिया, जे मानती है ठीक, कुड़ी वधिया चल जाए वधिया बसूगी, मैं कोई तंगी ना दूँ। ओके, ज़्यादा लगांदा। ते कल तेरा सगन है, कल वेख्या नहीं तू मुंडा? ना मैंने वेख्या, परिवार वाला नहीं वेख्या? ते अज तेरी लावा तो बैठा रहा इन्हां दे कोल, वेख्या ना अज तेरी लावा होणगियां, लावा होईयां तेरियां? नहीं अजे नहीं होईयां। ते बेहोश किदां होई तू? ਕੋਈ ਮੰਗ ਹੋਰ ਕੋਈ ਹੋਵੇ ਤੁਹਾਡੀ? ਜਦੋਂ ਸਵੇਰੇ ਬਰਾਤ ਆਈ ਹੈ ਉਦੋਂ ਤੁਸੀਂ ਵੇਖਿਆ ਨਹੀਂ ਮੁੰਡਾ ਕਿਸ ਤਰ੍ਹਾਂ ਸੀ? ਨਾ ਮੈਂ ਨਹੀਂ ਵੇਖਿਆ, ਮੈਂ ਭੈਣਾਂ ਨੇ ਵੇਖਿਆ। ਮੈਂ ਕਿਸ ਤਰ੍ਹਾਂ ਮੁੰਡਾ ਵੀ ਸਹੀ ਤੁਰਦਾ ਨਹੀਂ? ਹਾਂਜੀ, ਧੱਕਾ ਹੈ ਦੇਣਾ। ਚਲੋ ਤਾਂ ਹੁਣ ਤੁਹਾਨੂੰ ਕੀ ਹੋਇਆ ਫਿਰ ਕੰਮ ਨਾਲ? ਮੈਨੂੰ ਕੋਈ ਦਵਾਈ ਨਹੀਂ ਦਵਾਈ, ਮੇਰੀ ਲੜਕੀ ਗੁੰਮ ਹੋਈ ਹੈ, ਮੈਨੂੰ ਲਿਆ ਕੇ ਹਸਪਤਾਲ ਸੁੱਟ ਕੇ ਨਹੀਂ ਰੱਖ, ਰਿਪੋਰਟਾਂ ਕਰਕੇ ਮੇਰੀ ਗੁੱਡੀ ਨੂੰ ਅਸਰ ਚੁਕਾ ਤਾ ਮੁਲਾਜ਼ਮਾਂ ਨੇ। ਮੈਂ ਮੇਰੇ ਨਾਲ 400 ਕੇਸ ਕਰਤਾ, ਜਿਹੜਾ 400 ਵੀ ਖੇਡੀ ਮੇਰੇ ਨਾਲ ਬਹੁਤ ਧੋਖਾ ਕਰਤਾ। ਜੇ ਮੇਰੀ ਜਾਇਦਾਦਾਂ ਤੱਕ ਘੁੰਮੀਆਂ ਉਹਨਾਂ ਨੇ, ਕਾਗਜ਼ਾਂ ਤੱਕ ਚੈੱਕ ਕਰਕੇ ਫਿਰ ਵਿਆਹ ਕਰਾਉਣ ਲੱਗੇ। ਜਿਸ਼ਟ ਦੀਆਂ ਇੰਨਾ ਚੈੱਕ ਕੀਤੀਆਂ, ਬੁਲਟਾਂ ਦੇ ਕਾਗਜ਼, ਗੱਡੀਆਂ ਦੇ ਕਾਗਜ਼ ਚੈੱਕ ਕੀਤੇ, ਇੰਨਾ ਕੋਈ ਪਾਬੰਦੀ ਨਹੀਂ ਆ। ਕੱਲ੍ਹ ਸਾਡੇ ਘਰ ਸ਼ਗਨ ਲਾਉਣਾ, ਕੋਈ ਗੱਲ ਨਹੀਂ ਕੀਤੀ, ਅਸੀਂ ਸ਼ਗਨ ਦਿੱਤਾ, ਕੋਈ ਇਹੋ ਜਿਹੀ ਗੱਲਬਾਤ ਨਹੀਂ ਜਿਹੜੀ ਅੱਜ ਸਾਡੇ ਨਾਲ ਕਰਨ ਦੇ। ਅੱਜ ਲਾਵਾਂ ਕੰਡ ਤਾਂ ਸਾਡੇ ਭੰਡ ਨਹੀਂ ਕੰਡ ਹੈ। ਲਾਵਾਂ ਕੀਤੀਆਂ ਗਈਆਂ ਕਿ ਨਹੀਂ ਕੀਤੀਆਂ ਗਈਆਂ? ਨਹੀਂ ਕੀਤੀਆਂ ਗਈਆਂ, ਲਾਵਾਂ ਤੋਂ ਬਿਠਾ ਲਿਆ ਇੰਨਾ ਆਪਣੀ। ਜਦੋਂ ਕੱਲ੍ਹ ਸ਼ਗਨ ਲਾਉਣ ਤੁਸੀਂ ਤੁਹਾਡੇ ਆਏ ਆ, ਉਦੋਂ ਮੁੰਡਾ ਤੁਰ ਫਿਰ ਕੇ ਨਹੀਂ ਵਿਖਾਇਆ? ਫਿਰਿਆ ਜੀ, ਫਿਰ ਕੇ ਗਿਆ ਜੀ ਮਹਾਰਾਜ, ਝੂਲੇ ਤੇ ਥੋੜਾ ਕੋਈ ਵੀਲਚੇਅਰ ਤੇ ਥੋੜਾ ਹੀ ਤੁਰ ਕੇ ਗਿਆ ਜੀ ਸ਼ਗਨ ਲਵਾਉਣ। ਪਤਾ ਲੱਗਾ ਪਹਿਲਾਂ, ਪਤਾ ਲੱਗਾ ਘਰ 'ਚ ਪਹਿਲਾਂ ਵੀ ਆਉਂ ਜਾਣਾ ਗਿਆ ਕੁੜੀ ਦਾ ਮਿਲ ਜਾਣਾ ਹੈਗਾ ਜੀ, ਇਹੋ ਜਿਹੀ ਗੱਲ ਹੈਗੀ? ਨਹੀਂ ਜੀ, ਕੁੜੀ ਉਸ ਤਰ੍ਹਾਂ ਆਈ ਸਾਡੇ ਘਰੇ ਵਿਖਾਲਣ ਲਿਆਏ, ਪਹਿਲਾਂ ਵਿਖਾਇਆ ਮੁੰਡਾ ਕੁੜੀ ਨੂੰ ਵਿਖਾਇਆ? ਹਾਂਜੀ, ਕੁੜੀ ਨੇ ਸਹਿਮਤੀ ਭਰੀ, ਪੂਰੀ ਗਵਾਹੀ ਭਰੀ ਹੈ ਤੇ ਠੀਕ ਹੈ। ਇਹਨਾਂ ਦੀ ਗਵਾਹੀ ਨੇ ਫੇਰ ਹੋਇਆ। ਕਿੰਨੇ ਦਿਨਾਂ 'ਚ ਵਿਆਹ ਰੱਖਿਆ ਤੁਸੀਂ ਜਿਹੜਾ ਲੱਗ ਭੱਗ ਗਏ? ਅਸੀਂ 8 ਦਿਨਾਂ 'ਚ। ਦੂਸਰੀ ਮੰਜ਼ਿਲ ਤੇ ਲਾਵਾਂ ਮੁੰਡਾ ਕਿੱਥੇ ਆ ਰਿਹਾ? ਉਹ ਸਹੀ ਤਾਂ ਤੁਰਦਾ? ਹਾਂਜੀ ਜੀ।
ਪੱਬ ਚੁੱਕਦਾ ਜੀ ਠੀਕ ਠੀਕ ਪੱਬ ਦੇ ਬੀਬੀ ਹਾਂਜੀ ਪੱਬ ਚੁੱਕਦਾ ਪੱਬ ਦੀ ਸੱਟ ਲੱਗੀ ਤੜੇ ਪਿੰਗੇ ਵਿਚੋਲੇ ਨਹੀਂ ਜੀ ਮੈਂ ਭਰਾ ਵਾ ਮੇਰਾ ਭਰਾ ਵਾ ਤੇ ਮੇਰੀ ਭਾਬੀ ਭੂਆ ਵਾ ਹਾਪੜਿਆਂ ਕੋ ਕਿੱਥੇ ਪਿਆਰ ਆ ਗੱਲਾਂ ਹੋਣੀਆਂ ਜੋ ਮੈਂ ਭੂਆ ਹਾਂ ਉਹਨਾਂ ਦੀ ਹਾਂਜੀ ਕਹੀ ਹੋਈ ਕਿ ਮਤਾਇਆ ਮੁੰਡੇ ਨੇ ਵੇਖਿਆ ਇਹ ਭਰਾ ਰਹੇ ਨੇ ਉਹਨੇ ਨਹੀਂ ਵੇਖਿਆ ਇੱਕ ਨਹੀਂ ਵੇਖਿਆ ਇੱਕ ਨਹੀਂ ਵੇਖਿਆ ਵੇਖਣ ਕੇ ਗੱਲ ਸਗਨ ਲਾਉਣ ਗਿਆ ਸੀ ਤੋ ਉਹ ਮੁੰਡਾ ਬੈਠਾ ਰਿਹਾ ਅੱਜ ਕੱਲ ਨਾ ਹੁਣ ਤੁਰ ਕੇ ਨਾ ਉਹਨੇ ਬੋਲਿਆ ਨਾ ਉਹ ਤੁਹਾਡੇ ਨਾਲ ਤੁਰ ਕੇ ਕਿਤੇ ਗਿਆ ਹੋਇਆ ਮੈਂ ਨਹੀਂ ਕਿ ਤੁਰ ਕੇ ਉੱਥੇ ਬੈਠਾ ਰਿਹਾ ਅੱਜ ਉਸ ਲਾਵਾਂ ਹੁੰਦੀਆਂ ਸੀ ਲਾਵਾਂ ਕਰਾਉਣ ਲੱਗੇ ਤੇ ਦੂਜਾ ਮੁੰਡੇ ਜੋ ਤੁਰਿਆ ਉਹਨੂੰ ਫੜ ਕੇ ਪੌੜੀਆਂ ਚੜ੍ਹਾਇਆ ਗੁਰਦੁਆਰੇ ਦੀਆਂ ਅਤੇ ਇਸੇ ਕਰਕੇ ਮੁੰਡੇ ਜਿਹਨੇ ਆਖਿਆ ਉਹਨਾਂ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਕਿ ਮੇਰੀ ਭੈਣ ਨੇ ਡੁੱਬਣ ਲਈ ਹਸਪਤਾਲ ਲੈ ਗਿਆ ਸੀ ਹਸਪਤਾਲਾਂ ਚੋ ਕੇ ਮੁੰਡਿਆਂ ਦੇ ਜ਼ਬਰਦਸਤੀ ਲੈ ਗਏ ਅਮਰਜੀਤ ਕੌਰ ਘਰਿਆਲੇ ਦੀ ਉਹਦੀ ਮੰਗਣੀ ਹੋਈ ਸੁਖਚੈਨ ਸਿੰਘ ਵਾਸੀ ਜੋਧਪੁਰ ਨਾਲ ਜੋ ਅੱਜ ਇਹਨਾਂ ਦਾ ਵਿਆਹ ਰੱਖਿਆ ਸੀ ਗੁਰਦੁਆਰਾ ਸਾਹਿਬ ਵਿੱਚ ਫੇਰੇ ਹੋਣ ਲੱਗੇ ਸੀ ਦੋਵਾਂ ਪਰਿਵਾਰਾਂ ਦੀ ਕਿਸੇ ਗੱਲੋਂ ਅਣਬਣ ਹੋ ਗਈ ਹੈ ਅਤੇ ਜਿਹੜਾ ਦੋ ਪਰਿਵਾਰਾਂ ਨੇ ਦਰਖਾਸਤਾਂ ਦਿੱਤੀਆਂ ਵਾ ਅਤੇ ਜਿਹੜਾ ਇਹਨਾਂ ਦੋ ਪਰਿਵਾਰਾਂ ਦੀ ਦਰਿਆਫਤ ਚੱਲ ਰਹੀ ਹੈ ਅਤੇ ਦਰਿਆਫਤ ਤੋਂ ਬਾਅਦ ਜਾ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਦੋਵੇਂ ਪਰਿਵਾਰ ਸਾਡੇ ਕੋਲ ਹਾਜ਼ਰ ਆ ਆਪਸ ਵਿੱਚ ਗੱਲਬਾਤ ਕਰ ਰਹੇ ਫੈਸਲਾ ਕਰ ਰਹੇ ਅਤੇ ਮੁੰਡਾ ਕੁੜੀ ਇੱਥੇ ਆ ਕੇ ਤੁਸੀਂ ਲਾਵਾਂ ਵਾਲੇ ਮੁੰਡਾ ਕੁੜੀ ਦੋਨੋਂ ਹਾਜ਼ਰ ਹੋ ਗਏ ਥਾਣੇ ਜੀ ਸਰ ਮੀਡੀਆ ਵਾਲੇ ਕਹਿ ਰਹੇ ਮੁੰਡਾ ਜਿਹੜਾ ਸਾਡਾ ਧੱਕਾ ਆਇਆ ਵਾ ਮੁੰਡਾ ਹੈਂਡੀਕੈਪਟ ਹੈਗਾ ਇਹੋ ਜਿਹੀ ਕੀ ਹੈ ਮੈਂ ਕਹਿੰਦਾ ਕੋਈ ਚਲੋ ਮੁੰਡਾ ਜਿੱਦਾਂ ਸ਼ੈਕਅਪ ਤੋਂ ਜਾਣਦਾ ਹੀ ਹੈ ਵੀ ਥੋੜ੍ਹਾ ਜਿਹਾ ਸੁਧਾਰਨੇ ਆ ਅਤੇ ਪਰ ਜੋ ਦੋ ਪੁਰਾਣੇ ਆਪਸੀ ਸਹਿਮਤੀ ਦੌਰਾਨ ਹੀ ਰਿਸ਼ਤਾ ਕੀਤਾ ਵਾ ਇਹਨਾਂ ਦੀ ਜੋ ਵੀ ਗੱਲ ਸਾਹਮਣੇ ਆ ਉਹ ਕਾਗਜ਼ੀ ਕਾਰਵਾਈ ਕੀਤੀ ਜਾਵੇ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ Press the bell icon for news updates.